ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਪਰਮਿੰਦਰ ਸਿੰਘ ਢੀਂਡਸਾ ਪਹਿਲੀ ਵਾਰ ਮੀਡੀਆ ਦੇ ਮੁਖਾਤਿਬ ਹੋਏ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪਾਰਟੀ ਆਪਣੇ ਸਿਧਾਂਤਾਂ ਅਤੇ ਪੰਥਕ ਏਜੰਡਿਆਂ ਤੋਂ ਪਿੱਛੇ ਹਟ ਚੁੱਕੀ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ 'ਚ ਖਤਮ ਹੋ ਰਹੇ ਲੋਕਤੰਤਰ ਬਾਰੇ ਦਿੱਤੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਦੀ ਵੀ ਹਿਮਾਇਤ ਕੀਤੀ ਹੈ। ਅੱਜ ਦੇ ਸਮੇਂ ਦੇ ਵਿੱਚ ਦੇਖੀਏ ਤਾਂ ਉਸ ਤੋਂ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਪਿੱਛੇ ਹੋਇਆ, ਉਸ ਤੋਂ ਭੜਕੇ ਹੈ, ਜਿਹਦੇ ਕਰਕੇ ਸਾਰੇ ਫੈਸਲੇ ਲੈਣੇ ਪਏ। ਢੀਂਡਸਾ ਸਾਹਿਬ ਨੇ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ, ਕਿਸ ਤਰੀਕੇ ਨਾਲ ਫੈਸਲੇ ਲਏ ਜਾਂਦੇ ਉਸ ਗੱਲ ਦੀ ਗੱਲ ਕੀਤੀ ਹੈ। ਪਾਰਟੀ ਦੇ ਜੋ ਮੁੱਖ ਸਿਧਾਂਤ ਸੀ, ਜੋ ਕੋਰ ਪੰਥਕ ਏਜੰਡਾ ਸੀ, ਉਹ 'ਚ ਵੀ ਹੁਣ ਜਿਹੜਾ ਹੈ ਉਲਟਾ ਹੋ ਗਿਆ। ਉਹ ਸਾਰਿਆਂ ਨੇ ਇਕੱਠਾ ਹੋ ਕੇ ਇੱਕ ਮਤਾ ਪਾਸ ਕੀਤਾ ਹੈ ਕਿ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਪਾਰਟੀ ਵਿਰੋਧੀ ਕੁਝ ਦਿਨਾਂ ਤੋਂ ਪਾਰਟੀ ਵਿਰੋਧੀ ਕਾਰਵਾਈਆਂ 'ਚ ਲੱਗੇ ਹੋਏ ਨੇ ਅਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਵੀ ਨਹੀਂ ਆਉਂਦੇ, ਬਲਕਿ ਮੀਟਿੰਗਾਂ ਨੂੰ ਤਾਰ ਪੀਟੋ ਕਰਕੇ ਅੱਡ ਮੀਟਿੰਗਾਂ ਕਰਦੇ ਨੇ। ਉਹਦੇ ਖਿਲਾਫ਼ ਦੋਨਾਂ ਜ਼ਿਲ੍ਹਿਆਂ ਦੇ ਵਰਕਰਾਂ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਕਿ ਇਹਨਾਂ ਦੋਨਾਂ ਦੇ ਖਿਲਾਫ਼ ਪ੍ਰਧਾਨ ਜੀ ਤੁਰਤ ਲੋੜੀਂਦੀ ਕਾਰਵਾਈ ਕਰਨ ਤਾਂ ਕਿ ਜੋ ਵੀ ਫੈਸਲਾ ਹੋਣਾ ਉਹਦਾ ਛੇਤੀ ਹੋ ਜੇ। ਜਿਹੜੀ ਵਿੱਚ ਵਿਚਾਲੇ ਗੱਲ ਚੱਲਦੀ ਹੈ, ਕਈ ਵਾਰੀ ਉਹ ਕਹਿੰਦੇ ਅਸੀਂ ਤਾਂ ਅਕਾਲੀ ਦਲ ਦੇ ਮੈਂਬਰ ਹੈ, ਕਰ ਰਹੇ ਹਾਂ ਪਾਰਟੀ ਵਿਰੋਧੀ ਕਾਰਵਾਈਆਂ, ਉਹ ਇੱਕ ਰੈਜੂਲੇਸ਼ਨ ਪਾਸ ਕਰਕੇ ਪਾਰਟੀ ਪ੍ਰਧਾਨ ਨੂੰ ਜੇ ਦੋਨਾਂ ਜ਼ਿਲ੍ਹਿਆਂ ਦੇ ਵਰਕਰਾਂ ਨੇ ਭੇਜਿਆ। ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਵਿਧਾਇਕ ਅਹੁਦੇ ਤੇ ਸ਼ਰਨਜੀਤ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਵੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲਿਆ। ਵਿਧਾਇਕ ਦਲ ਦਾ ਨੇਤਾ ਚੁਣਨ ਵਾਸਤੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾਂਦੀ ਹੈ, ਜਿਵੇਂ ਉਹ ਮੀਟਿੰਗ ਨਹੀਂ ਸੱਦੀ ਗਈ ਉੱਥੇ ਫੈਸਲਾ ਦੇ ਦਿੱਤਾ ਗਿਆ। ਉਹਦੇ ਨਾਲ ਤਾਂ ਜੋ ਢੀਂਡਸਾ ਸਾਹਿਬ ਜਿਹੜੀ ਗੱਲ ਕਰਦੇ ਸੀ ਉਹਦੇ 'ਤੇ ਇੱਕ ਮੋਹਰ ਲੱਗੀ ਹੈ ਵੀ ਇੰਟਰਨਲ ਡੈਮੋਕ੍ਰੇਸੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਮਿਸਿੰਗ ਹੈ। ਭਵਿੱਖ ਵਿੱਚ ਪਰਮਿੰਦਰ ਸਿੰਘ ਢੀਂਡਸਾ ਆਪਣੇ ਸਿਆਸੀ ਕਰੀਅਰ ਨੂੰ ਕਿਵੇਂ ਅੱਗੇ ਵਧਾਉਣਗੇ, ਇਸ ਸਵਾਲ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਾਂ ਬੀਜੇਪੀ ਦੇ ਨਾਲ ਜਾਣ ਤੋਂ ਇਨਕਾਰ ਵੀ ਨਹੀਂ ਕੀਤਾ, ਪਰ ਹਾਮੀ ਵੀ ਨਹੀਂ ਭਰੀ। ਸਾਡੀ ਹਜੇ ਕੋਈ ਐਸੀ ਅਸੀਂ ਸੋਚਿਆ ਨਹੀਂ ਤੇ ਜਿਹੜੀ ਗੱਲ ਅਸੀਂ ਤਾਂ ਸਿਰਫ ਇੱਕ ਏਜੰਡਾ ਲੈ ਕੇ ਚੱਲੇ ਹਾਂ, ਉਸ ਏਜੰਡੇ ਨੂੰ ਅੱਗੇ ਤੋਰਨ ਦੀ ਗੱਲ ਹੈ। ਜਿਹੜੇ ਸਾਡੇ ਨਾਲ ਉਸ ਗੱਲ ਤੇ ਸਹਿਮਤ ਹੋਣਗੇ ਅਸੀਂ ਚਾਹਾਂਗੇ ਵੀ ਸਾਡੇ ਨਾਲ ਜੁੜਨ। ਦਰਅਸਲ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਅਤੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਅਰਸੇ ਤੋਂ ਅਕਾਲੀ ਦਲ ਵਿੱਚ ਜਥੇਬੰਦਕ ਟਾਂਚੇ ਨੂੰ ਲੈ ਕੇ ਕੀਤੇ ਜਾ ਰਹੇ ਫੈਸਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸਨ। ਇਸ ਦੇ ਬਾਅਦ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਉਸੇ ਰਾਹ ਤੇ ਪਰਮਿੰਦਰ ਸਿੰਘ ਢੀਂਡਸਾ ਅੱਗੇ ਵਧ ਰਹੇ ਨੇ। ਚੰਡੀਗੜ੍ਹ ਤੋਂ ਕੁਲਵੀਰ ਦੀਵਾਨ ਦੇ ਨਾਲ ਨਿਊਜ਼ ਰਿਪੋਰਟ, ਸੀ ਮੀਡੀਆ।